आम आदमी पार्टी की बदलाव जनसभा हो रही है यहाँ पर, और पंजाब के मुख्यमंत्री भगवंत मान ने यहाँ क्या कहा, आपको सुनाते हैं। पेवा जेड़ा कस्बा है बिल्कुल पंजाब दे नाल लगदा है, असी इको पत्तन दा पानी पीने हैं, देवीगढ़ बिल्कुल नाल है, गूला चीका दे नाल फिर साडे पिंड आ जांदे पंजाब दे, असी साडे दुख सुख सांझे ने, साडियां फसलां ਸਾਡੀਆਂ ਮੁਸੀਬਤਾਂ ਸਾਡੀਆਂ ਮੁਸ਼ਕਲਾਂ ਸਾਂਝੀਆਂ ਨੇ, ਰਿਸ਼ਤੇਦਾਰੀਆਂ ਨੇ, ਇਸ ਕਰਕੇ ਜ਼ਿਆਦਾ ਬੋਲਣ ਦੀ ਲੋੜ ਨਹੀਂ ਪੈਣੀ ਮੈਨੂੰ। ਪਰ ਇੱਕ ਗੱਲ ਮੈਂ ਤੁਹਾਨੂੰ ਅੱਜ ਕਹਿਣ ਆਇਆ ਕਿ ਜੇ ਨੀਅਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦਾ, ਜੇ ਲੀਡਰਾਂ ਦੀ ਨੀਅਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦਾ। ਤੁਸੀਂ ਆਪਣੇ ਦੋਸਤਾਂ ਨੂੰ ਪਟਿਆਲੇ ਰਹਿੰਦੇ ਹੋਣੇ, ਦੇਵੀਗੜ੍ਹ ਰਹਿੰਦੇ ਹੋਣੇ, ਘੜਾਮ ਰਹਿੰਦੇ ਹੋਣੇ, ਸਨੌਰ ਰਹਿੰਦੇ ਹੋਣੇ, ਘਨੌਰ ਰਹਿੰਦੇ ਹੋਣੇ, ਸ਼ੰਭੂ ਰਹਿੰਦੇ ਹੋਣੇ, ਤੁਸੀਂ ਉਹਨਾਂ ਨੂੰ ਫੋਨ ਕਰਕੇ ਪੁੱਛ ਲਿਓ। ਅੱਜ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਪੰਜਾਬ 'ਚ, 43,000 ਸਰਕਾਰੀ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਤੋਂ ਦੇ ਕੇ ਤੁਹਾਡੇ ਸਾਹਮਣੇ ਖੜਾ, 43,000, ਔਰ ਕਿਸੇ ਦਾ 1 ਰੁਪਈਆ ਲੱਗਿਆ ਹੋਵੇ ਮੈਨੂੰ ਦੱਸ ਦਿਓ ਕਿਰਪਾ ਕਰਕੇ ਕਿ 1 ਰੁਪਈਆ ਲੱਗ ਗਿਆ, ਜਾਂ ਚਾਹ ਪੀ ਲਈ, 2 ਰੁਪਈਆਂ ਦਾ ਚਾਹ ਦਾ ਕੱਪ ਪੀ ਲਿਆ ਕਿਸੇ MLA ਨੇ ਜਾਂ ਮੰਤਰੀ ਨੇ ਨੌਕਰੀ ਦਵਾਉਣ ਬਦਲੇ 2 ਰੁਪਈਆਂ ਦਾ। ਇੱਕ ਘਰ 'ਚ 3-3 ਨੌਕਰੀਆਂ ਵੀ ਮਿਲੀਆਂ ਨੇ ਕਿਉਂਕਿ ਬੱਚਿਆਂ ਨੇ ਪੇਪਰ ਦਿੱਤੇ, ਜਿਹੜੇ ਮੈਰਿਟ 'ਚ ਆ ਗਏ ਅਸੀਂ ਬੁਲਾ ਲਏ, ਹਜੇ ਹੋਰ ਬਹੁਤ ਸਾਰੀਆਂ ਨੌਕਰੀਆਂ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ। ਤੇ ਇੱਥੇ ਹਰਿਆਣੇ 'ਚ ਮੈਂ ਪਤਾ ਕੀਤਾ, ਖੱਟਰ ਸਾਹਿਬ ਕਹਿੰਦੇ ਯੂਕਰੇਨ ਚਲੇ ਜਾਓ, ਉੱਥੇ ਫੌਜ 'ਚ ਭਰਤੀ ਹੋ ਜਾਓ। ਲੈ ਦੱਸ, ਅਸੀਂ ਯੂਕਰੇਨ 'ਚੋਂ ਕੱਢੀ ਜਾਂਦੇ ਹਾਂ ਆਪਣੇ ਬੱਚਿਆਂ ਨੂੰ, ਹਰਿਆਣੇ ਵਾਲੇ ਕਹਿੰਦੇ ਉੱਥੇ ਜਾ ਕੇ ਨੌਕਰੀਆਂ ਕਰ ਲਓ, ਸਾਡੇ ਤੋਂ ਦਿੱਤੀ ਨਹੀਂ ਜਾਂਦੀ। ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਇਹ ਗੱਲ ਕਹਿਣਾ? ਇਹ ਸਾਡੇ ਲੀਡਰ ਨੇ ਕਿ ਸਾਡੇ ਬੱਚਿਆਂ ਨੂੰ ਕਹਿ ਰਹੇ ਨੇ ਤੁਸੀਂ ਜਾ ਕੇ ਉੱਥੋਂ ਦੀ ਫੌਜ 'ਚ ਭਰਤੀ ਹੋ ਜਾਓ ਜਿੱਥੇ ਲੜਾਈ ਲੱਗੀ ਹੋਈ ਹੈ। ਦੱਸ, ਕਸਬਾ ਬਿਲਕੁਲ ਪੰਜਾਬ ਦੇ ਨਾਲ ਲੱਗਦਾ, ਅਸੀਂ ਇੱਕੋ ਪੱਤਣ ਦਾ ਪਾਣੀ ਪੀਂਦੇ ਹਾਂ, ਦੇਵੀਗੜ੍ਹ ਬਿਲਕੁਲ ਨਾਲ ਹੈ, ਗੂਲਾ ਚੀਕਾ ਦੇ ਨਾਲ ਫਿਰ ਸਾਡੇ ਪਿੰਡ ਆ ਜਾਂਦੇ ਪੰਜਾਬ ਦੇ, ਅਸੀਂ ਸਾਡੇ ਦੁੱਖ ਸੁੱਖ ਸਾਂਝੇ ਨੇ, ਸਾਡੀਆਂ ਫਸਲਾਂ ਸਾਡੀਆਂ ਮੁਸੀਬਤਾਂ ਸਾਡੀਆਂ ਮੁਸ਼ਕਲਾਂ ਸਾਂਝੀਆਂ ਨੇ, ਰਿਸ਼ਤੇਦਾਰੀਆਂ ਨੇ, ਇਸ ਕਰਕੇ ਜ਼ਿਆਦਾ ਬੋਲਣ ਦੀ ਲੋੜ ਨਹੀਂ ਪੈਣੀ ਮੈਨੂੰ। ਪਰ ਇੱਕ ਗੱਲ ਮੈਂ ਤੁਹਾਨੂੰ ਅੱਜ ਕਹਿਣ ਆਇਆ ਕਿ ਜੇ ਨੀਅਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦਾ, ਜੇ ਲੀਡਰਾਂ ਦੀ ਨੀਅਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦਾ। ਤੁਸੀਂ ਆਪਣੇ ਦੋਸਤਾਂ ਨੂੰ, ਪਟਿਆਲੇ ਰਹਿੰਦੇ ਹੋਣੇ, ਦੇਵੀਗੜ੍ਹ ਰਹਿੰਦੇ ਹੋਣੇ, ਘੜਾਮ ਰਹਿੰਦੇ ਹੋਣੇ, ਸਨੌਰ ਰਹਿੰਦੇ ਹੋਣੇ, ਘਨੌਰ ਰਹਿੰਦੇ ਹੋਣੇ, ਸ਼ੰਭੂ ਰਹਿੰਦੇ ਹੋਣੇ, ਤੁਸੀਂ ਉਹਨਾਂ ਨੂੰ ਫੋਨ ਕਰਕੇ ਪੁੱਛ ਲਿਓ। ਅੱਜ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਪੰਜਾਬ 'ਚ,
43,000 ਸਰਕਾਰੀ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਤੋਂ ਦੇ ਕੇ ਤੁਹਾਡੇ ਸਾਹਮਣੇ ਖੜਾ, 43,000, ਔਰ ਕਿਸੇ ਦਾ 1 ਰੁਪਈਆ ਲੱਗਿਆ ਹੋਵੇ ਮੈਨੂੰ ਦੱਸ ਦਿਓ ਕਿਰਪਾ ਕਰਕੇ ਕਿ 1 ਰੁਪਈਆ ਲੱਗ ਗਿਆ ਜਾਂ ਚਾਹ ਪੀ ਲਈ, 2 ਰੁਪਈਆਂ ਦਾ ਚਾਹ ਦਾ ਕੱਪ ਪੀ ਲਿਆ ਕਿਸੇ MLA ਨੇ ਜਾਂ ਮੰਤਰੀ ਨੇ ਨੌਕਰੀ ਦਵਾਉਣ ਬਦਲੇ 2 ਰੁਪਈਆਂ ਦਾ। ਇੱਕ ਘਰ 'ਚ 3-3 ਨੌਕਰੀਆਂ ਵੀ ਮਿਲੀਆਂ ਨੇ ਕਿਉਂਕਿ ਬੱਚਿਆਂ ਨੇ ਪੇਪਰ ਦਿੱਤੇ, ਜਿਹੜੇ ਮੈਰਿਟ 'ਚ ਆ ਗਏ ਅਸੀਂ ਬੁਲਾ ਲਏ, ਹਜੇ ਹੋਰ ਬਹੁਤ ਸਾਰੀਆਂ ਨੌਕਰੀਆਂ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ। ਅਤੇ ਇੱਥੇ ਹਰਿਆਣੇ 'ਚ ਮੈਂ ਪਤਾ ਕੀਤਾ, ਖੱਟਰ ਸਾਹਿਬ ਕਹਿੰਦੇ ਯੂਕਰੇਨ ਚਲੇ ਜਾਓ, ਉੱਥੇ ਫੌਜ 'ਚ ਭਰਤੀ ਹੋ ਜਾਓ। ਲੈ ਦੱਸ, ਅਸੀਂ ਯੂਕਰੇਨ 'ਚੋਂ ਕੱਢੀ ਜਾਂਦੇ ਹਾਂ ਆਪਣੇ ਬੱਚਿਆਂ ਨੂੰ, ਹਰਿਆਣੇ ਵਾਲੇ ਕਹਿੰਦੇ ਉੱਥੇ ਜਾ ਕੇ ਨੌਕਰੀਆਂ ਕਰ ਲਓ, ਸਾਡੇ ਤੋਂ ਦਿੱਤੀ ਨਹੀਂ ਜਾਂਦੀ। ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਇਹ ਗੱਲ ਕਹਿਣਾ? ਇਹ ਸਾਡੇ ਲੀਡਰ ਨੇ ਕਿ ਸਾਡੇ ਬੱਚਿਆਂ ਨੂੰ ਕਹਿ ਰਹੇ ਨੇ ਤੁਸੀਂ ਜਾ ਕੇ ਉੱਥੋਂ ਦੀ ਫੌਜ 'ਚ ਭਰਤੀ ਹੋ ਜਾਓ ਜਿੱਥੇ ਲੜਾਈ ਲੱਗੀ ਹੋਈ ਹੈ। ਦੱਸ, ਇਹ ਬਹੁਤ ਫਰਕ ਹੈ ਜੀ, ਨੀਅਤ ਦਾ ਫਰਕ ਹੈ। ਸੋ ਇਹਨਾਂ ਦੇ ਪਿੱਛੇ ਨਾ ਲੱਗਿਓ, ਹਰਿਆਣੇ ਨੇ ਅਤੇ ਪੰਜਾਬ ਨੇ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਜੀ। ਛੋਟੇ ਵੱਡੇ ਭਾਈ ਹਾਂ ਆਪਾਂ, ਹਰਿਆਣਾ ਪੰਜਾਬ ਪਹਿਲਾਂ ਇਕੱਠੀ ਹੁੰਦੇ ਸੀ। ਪੰਜਾਬ ਨੇ ਵੀ ਕਾਂਗਰਸ ਨੂੰ ਮੌਕਾ ਦਿੱਤਾ ਕਈ ਵਾਰੀ, ਅਕਾਲੀ ਦਲ ਨੂੰ ਮੌਕਾ ਦਿੱਤਾ ਕਈ ਵਾਰੀ, ਅਕਾਲੀ ਦਲ ਦੇ ਨਾਲ ਭਾਜਪਾ ਇਕੱਠੀ ਹੋ ਗਈ, ਮੌਕਾ ਦਿੱਤਾ ਕਈ ਵਾਰੀ, ਵਾਰ ਵਾਰ ਮੌਕਾ ਦਿੱਤਾ ਕਿ ਸ਼ਾਇਦ ਹੁਣ ਸੁਧਰ ਗਏ ਹੋਣਗੇ 5 ਸਾਲਾਂ ਬਾਅਦ, ਗੱਲ ਨਹੀਂ ਬਣੀ। ਹਰਿਆਣੇ ਨੇ ਕਾਂਗਰਸ ਨੂੰ ਮੌਕਾ ਦਿੱਤਾ ਕਈ ਵਾਰੀ, ਭਾਜਪਾ ਨੂੰ ਮੌਕਾ ਦਿੱਤਾ ਕਈ ਵਾਰੀ, ਇਨੈਲੋ ਨੂੰ ਮੌਕਾ ਦਿੱਤਾ ਕਈ ਵਾਰੀ, ਫਿਰ ਦੁਬਾਰਾ ਮੌਕਾ ਦਿੱਤਾ ਸ਼ਾਇਦ ਸੁਧਰ ਗਏ ਹੋਣ, ਗੱਲ ਨਹੀਂ ਬਣੀ। ਸੋ ਆਪਣਾ ਤਾਂ ਸਾਰਾ ਕੁਝ ਸਾਂਝਾ। ਉਹ ਤੋਂ ਬਾਅਦ ਫਿਰ ਪੰਜਾਬ ਵਾਲਿਆਂ ਨੇ 2022 'ਚ ਇੱਕ ਮੌਕਾ ਦਿੱਤਾ, 117 'ਚੋਂ 92, ਅੱਜ ਉਹ ਦੋਨੇ ਪਾਰਟੀਆਂ ਕਿਤੇ ਲੱਭਦੀਆਂ ਨਹੀਂ, ਅੱਧੇ ਜੇਲ੍ਹ 'ਚ ਨੇ, ਅੱਧੇ ਜਾਣ ਦੀ ਤਿਆਰੀ 'ਚ ਨੇ। ਜੋ ਉਹਨਾਂ ਨੇ ਪੈਸਾ ਲੁੱਟਿਆ, ਜੋ ਲੋਕਾਂ ਦਾ ਖੂਨ ਨਿਚੋੜਿਆ, ਉਹਦਾ ਹਿਸਾਬ ਲੈ ਰਿਹਾ ਮੈਂ। ਹਰ ਦੂਜੇ ਤੀਜੇ ਦਿਨ ਪੜ੍ਹਦੇ ਹੋਵੋਗੇ ਕਿ ਪੰਜਾਬ 'ਚ ਫਲਾਨਾ ਫੜ ਲਿਆ ਰਿਸ਼ਵਤ, ਪੁਰਾਣੀ ਲਈ ਹੋਈ ਰਿਸ਼ਵਤ। ਜੇ ਅੱਜ ਤੋਂ 10 ਸਾਲ ਪਹਿਲਾਂ ਵੀ ਪੈਸਾ ਲੁੱਟਿਆ ਨਾ ਲੋਕਾਂ ਦਾ, ਵਿਆਜ ਸਮੇਤ ਵਾਪਸ ਕਰਵਾਊਂਗਾ ਮੈਂ, ਵਿਆਜ ਸਮੇਤ ਖਜ਼ਾਨੇ 'ਚ ਲੈ ਕੇ ਆਊਂਗਾ, ਪੰਜਾਬ ਦੇ ਖਜ਼ਾਨੇ 'ਚ।